ਓ ਗੁੱਡ ਈਵਨਿੰਗ, ਸ਼ਾਮ ਦੇ ਸ਼ਾਇਦ 6 ਵਜੇ ਗਏ ਨੇ, ਪਤਾ ਨਹੀਂ ਟਾਈਮਿੰਗ ਨੂੰ ਉੱਪਰ ਆ। ਵੈਲਕਮ ਬੈਕ ਟੂ ਅਵਰ ਚੈਨਲ, ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅਤੇ ਰਾਜੀ ਖੁਸ਼ੀ ਹੋਵੋਗੇ। ਮੈਂ ਆਈ ਉੱਪਰ ਮੰਮੀ ਕੋਲ ਤਰਬੂਜ਼ ਲੈ ਕੇ, ਖਾਵਾਂਗੇ ਹੁਣ ਤਰਬੂਜ਼, ਤੁਸੀਂ ਵੀ ਖਾ ਲਓ। ਮੱਖੀ ਜੀ ਸੀ ਮੰਨੂ ਦੀ ਪੈਂਟ ਮੰਮੀ ਤਰਬੂਜ਼ ਕਿਵੇਂ ਖਾ ਰਹੀ ਹੈ ਮੋਕਸ਼ੀ? ਮੋਕਸ਼ੀ ਕਿਵੇਂ ਖਾ ਰਹੀ ਹੈ? ਕੀ ਬਾਤ, ਵਾਈਟ ਹੈ ਨਾ, ਵਿਊ ਦੇਖ ਲਓ, ਵਿਊ ਆ ਸਿੰਮੂ ਮੋਕਸ਼ੀ ਦੀ ਬੂਆ। ਕਿਉਂ ਖੇਲਣਾ? ਸਾਈਕਲ ਕਰ ਜਾਣਾ? ਰੇਸ਼ੂ ਆਈ ਹੈ ਜਾਣਾ? ਇੱਕ ਸੈਕਿੰਡ, ਬਾਏ ਬਾਏ ਬਾਏ। ਸੋ ਹਾਂਜੀ ਫਰੈਂਡਸ, ਮੋਕਸ਼ੀ ਗਈ ਆਪਣੀ ਬੂਆ ਘਰ ਖੇਲਣ, ਅਤੇ ਇਹ ਆਉਂਦੀ ਸਿੰਮੂ ਬੂਆ, ਅਤੇ ਹੁਣ ਖੇਲਣ ਗਈ ਹੈ। ਦੇਖੋ 15 ਮਿੰਟ ਖੇਲਦੀ ਹੈ, 20 ਮਿੰਟ, ਅੱਧਾ ਘੰਟਾ, ਜਿੰਨਾ ਚਿਰ ਖੇਲਣਾ ਉਹਨੇ ਖੇਲ ਲੈਣਾ ਅਤੇ ਫਿਰ ਆਏਗੀ ਉਹ। ਅਤੇ ਬਾਕੀ ਮੈਂ ਕੰਟੀਨਿਊ ਥੋੜ੍ਹੀ ਦੇਰ ਨੂੰ ਕਰਦੀ ਹਾਂ ਆਪਣੇ ਵਲੋਗ ਨੂੰ, ਮੈਂ ਥੋੜ੍ਹਾ ਚਿਰ ਰੈਸਟ ਕਰ ਲਾਂ, ਬਿਕੋਜ਼ ਮੋਕਸ਼ੀ ਸੁਬਾਹ ਦੀ ਮੇਰੇ ਕੋਲ ਹੀ ਹੈ, ਅਤੇ ਆਪਾਂ ਨੂੰ ਰੈਸਟ ਕਰਨ ਨੂੰ ਮਿਲਿਆ ਨਹੀਂ ਅੱਜ, ਅਤੇ ਆਪਾਂ ਬਾਅਦ 'ਚ ਗੱਲ ਕਰਦੇ ਹਾਂ, ਠੀਕ ਹੈ? ਹੁਣ ਨਾ ਮੋਕਸ਼ੀ ਖੇਲ ਰਹੀ ਸੀਗੀ ਖਿਲੌਣਿਆਂ ਨਾਲ, ਅਤੇ ਉਹ ਬਾਸਕਿਟ ਪਈ ਹੈ, ਦੇਖੋ ਬਾਸਕਿਟ ਨੀਚੇ, ਬਾਸਕਿਟ ਨਾਲ ਖੇਡ ਰਹੀ ਸੀ ਤਾਂ ਉਹ ਨੀਚੇ ਗਿਰ ਗਈ। ਅੱਜ ਜਿਪਟ ਸੱਟ ਲੱਗ ਗਈ, ਦਿਖਾਈ ਆ ਖੂਨ ਆ ਰਿਹਾ ਜਿਪਟ 'ਚ, ਦੇਖੋ ਹੋਏ ਮੈਨੂੰ ਪੁੱਤ ਸੱਟ ਲੱਗ ਗਈ, ਗਾਈਡ ਨੂੰ ਦੱਸੀ, ਹਾਏ ਆ ਦੇਖ ਖੂਨ ਆ ਰਿਹਾ ਅਭੀ ਵੀ, ਦਿਖਾਈ ਪੁੱਤ ਦਿਖਾਈ, ਖੂਨ ਆ ਰਿਹਾ ਦਿਖਾਈ, ਹਾਏ ਬੁੱਲ ਤੇ ਲਿਪਸ ਤੇ ਲੱਗੇ, ਆਏ ਕੋਈ ਗੱਲ ਨਹੀਂ ਠੀਕ ਹੋ ਜਾਏਗਾ, ਚੋਟ ਲੱਗੀ ਮੇਰੇ ਪੁੱਤੂ ਤੇ, ਕੋਈ ਗੱਲ ਨਹੀਂ, ਤੂੰ ਖਲਾਰਾ ਕਿਹੜਾ ਥੁਲਾ ਪਾਉਂਦਾ ਪੁੱਤ, ਹੈਂ ਹਲੇ ਵੀ ਨਿਕੇਗਾ ਨਾ, ਕਿਆ ਕਿਆ ਲੈਣਾ, ਕਿਆ ਕਿਆ ਲੈਣਾ ਵਾਸਤੇ, ਇਹ ਲੈਣਾ ਛੋਟ ਤਾਂ ਖਾਣ ਚਲਾਉ ਮੈਂ, ਕੀ ਕਰ ਰਹੀ ਮੋਕਸ਼ ਪੁੱਤ, ਭਾਂਡੇ ਮਾਂਜ ਰਹੀ ਹੈ? ਓ ਹੋ ਹੋ ਭਾਂਡੇ ਮਾਂਜ ਰਹੀ ਹੈ, ਦੇਖ ਲਓ। ਮੋਕਸ਼ੀ ਸੌ ਗਈ ਸੀ 9 ਵਜੇ, ਅਤੇ ਹੁਣ 10 ਵੱਜ ਗਏ, ਅਤੇ ਦੇਖ ਲਓ ਸੁੱਤੀ ਪਈ ਆ, ਅਤੇ ਇਹਨੂੰ ਜ਼ੁਕਾਮ ਹੈ, ਮੈਂ ਇਹਦੇ ਵਾਸਤੇ ਮੰਗਾਈ ਹੈ ਮੈਨੂੰ ਤੋਂ ਇਹ ਵਾਲੀ ਨੇਜ਼ਲ ਜੋ ਨੱਕ ਦੇ ਵਿੱਚ ਪਾਉਂਦੇ ਆ ਡਰੋਪ, ਅਤੇ ਹੁਣ ਇਹਦੇ ਨੱਕ 'ਚ ਪਾ ਕੇ ਇਹਨੂੰ ਸਵਾ ਦੂੰਗੀ, ਪਾ ਕੇ ਇਹਨੂੰ ਸਾਹ ਸੌਖਾ ਆ ਜਾਵੇ, ਅਤੇ ਹੁਣ ਬਸ ਮੈਂ ਰੋਟੀ ਪਕਾ ਕੇ ਆਈ ਹਾਂ, ਮੈਨੂੰ ਆਉਂਦੇ ਆ ਤਾਂ ਆਪਾਂ ਰੋਟੀ ਖਾਂਦੇ ਹਾਂ। 5 ਮਿੰਟ ਬਾਹਰ ਗਏ ਹਾਂ ਸੈਰ ਕਰਨ, ਕਹਿੰਦੇ ਮੈਂ 2 ਮਿੰਟ ਸੈਰ ਕਰ ਲਾ ਅਤੇ ਫਿਰ ਰੋਟੀ ਖਾਂਦੇ ਹਾਂ,
ਹੋ ਚੁੱਕਾ ਆਈ ਟੁੱਲੂ ਵਾਲੀ ਦਵਾਈ, ਅਤੇ ਹੁਣ ਆਪਾਂ ਆਪਣਾ ਵਲੋਗ ਨੂੰ ਸਵੇਰੇ ਕੰਟੀਨਿਊ ਕਰਾਂਗੇ, ਅਤੇ ਹੁਣ ਦੇਖਦੇ ਰਹੋ ਵੀਡੀਓ ਨੂੰ ਅਤੇ ਲਾਈਕ ਕਰ ਲਿਓ, ਠੀਕ ਹੈ। ਸੋ ਹਾਂਜੀ, ਗੁੱਡ ਮੋਰਨਿੰਗ ਫਰੈਂਡਸ, ਸਵੇਰ ਹੋ ਚੁੱਕੀ ਹੈ ਅਤੇ ਆਪਾਂ ਆ ਗਏ ਆਪਣੇ ਕਿਚਨ ਦੇ ਵਿੱਚ। ਸੁਬਹਾ ਦੇ 8 ਵਜੇ ਹੋਏ ਨੇ ਕਰੀਬ, ਅਤੇ ਮੈਂ ਆਪਣੀ ਅੱਜ ਸਾਰੀ ਰਸੋਈ ਦੀ ਕਲੀਨਿੰਗ ਕੀਤੀ ਬਹੁਤ ਅੱਛੇ ਤਰੀਕੇ ਨਾਲ, ਸਾਫ਼ ਸੁਥਰੀ। ਸਭ ਤੋਂ ਪਹਿਲਾਂ ਮੈਂ ਆਪਣੇ ਜਿਹੜੇ ਬਰਤਨ ਸੀ ਸਾਰੇ, ਜਿਵੇਂ ਕਿ ਰੋਟੀਆਂ ਦਾ ਆਪਣਾ ਡੱਬਾ ਹੁੰਦਾ ਹੈ ਅਤੇ ਹੋਰ ਸਾਰੇ ਬਰਤਨ ਖਾਲੀ ਕਰ ਲਏ ਮੈਂ। ਮੈਂ ਕਿਹਾ ਚੰਗੀ ਤਰ੍ਹਾਂ ਸਾਰਿਆਂ ਨੂੰ ਅੱਜ ਸਾਫ਼ ਕਰੂੰਗੀ, ਅਤੇ ਸਾਰਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਿਆ, ਮਾਂਜਿਆ, ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਸਲੈਬ ਦੇ ਨਾਲ ਇੱਕ ਬਾਸਕਿਟ ਪਈ ਆ, ਉਹਦੇ ਵਿੱਚ ਨਾ ਮੈਂ ਨਿੱਕਾ ਨਿੱਕਾ ਸਮਾਨ ਰੱਖਦੀ ਹਾਂ, ਜਿਵੇਂ ਜੀਰਾ, ਕਾਲੀ ਮਿਰਚ, ਸਾਬੂਤ ਕਾਲੀ ਮਿਰਚ, ਲੌਂਗ, ਇਲਾਇਚੀ, ਜਾਂ ਆਪਣਾ ਚੱਕਲਾ ਵੇਲਣਾ ਡੱਬਾ, ਸਭ ਕੁਛ ਰੱਖਦੀ ਹਾਂ। ਫਿਰ ਮੈਂ ਉਹਨੂੰ ਛੇੜ ਲਿਆ, ਉਹ 'ਚੋਂ ਉਹਨੂੰ ਸਾਰਾ ਬਾਹਰ ਕੱਢਿਆ, ਕੱਢ ਕੇ ਫਿਰ ਉਹਨੂੰ ਸਾਫ਼ ਕਰਿਆ, ਧੋਇਆ ਟੋਕਰੀ ਨੂੰ, ਧੋਣ ਤੋਂ ਬਾਅਦ ਫਿਰ ਉਹਦੇ ਵਿੱਚ ਫਿਰ ਸਮਾਨ ਸਾਰਾ ਅੱਛੇ ਤਰੀਕੇ ਨਾਲ ਜੋੜਿਆ, ਸਾਰੀ ਸਲੈਬ ਸਾਫ਼ ਕਰੀ, ਗੈਸ ਤੱਕ ਸਾਫ਼ ਕਰਿਆ, ਸਾਰਾ ਕੁਛ ਕਿਚਨ ਦੀ ਇਕੱਲੀ ਇਕੱਲੀ ਚੀਜ਼ ਮੈਂ ਸਾਫ਼ ਕਰੀ, ਜੋ ਕਿ ਮੈਂ ਤੁਹਾਨੂੰ ਲਾਸਟ ਦੇ ਵਿੱਚ ਦਿਖਾਊਂਗੀ ਹੋਈ, ਕਿ ਦੇਖੋ ਮੇਰੀ ਰਸੋਈ ਦੀ ਕਲੀਨਿਕ ਡਨ ਹੋ ਗਈ ਹੈ। ਅਤੇ ਹੁਣ ਮੈਂ ਆਪਣੇ ਬਰਤਨ ਸਾਫ਼ ਕਰ ਰਹੀ ਹਾਂ, ਅਤੇ ਬਰਤਨ ਬਹੁਤ ਜ਼ਿਆਦਾ ਹੋਏ ਪਏ ਸੀ, ਰਾਤੀ ਤਾਂ ਕਰੇ ਸੀ ਉਵੇਂ ਤਾਂ ਮੈਂ, ਪਰ ਸੁਬਹਾ ਅਸੀਂ ਸਾਰਿਆਂ ਨੇ ਚਾਹ ਵਗੈਰਾ ਪੀਤੀ ਹੋਈ ਸੀ, ਕੋਈ ਗਲਾਸ ਪਾਣੀ ਵਾਲਾ, ਕੋਈ ਕਿਵੇਂ, ਬਹੁਤ ਸਾਰੇ ਭਾਂਡੇ ਹੋਏ ਪਏ ਸੀ ਮਾਂਜਣ ਵਾਲੇ। ਫਿਰ ਮੈਂ ਇਹਨਾਂ ਸਾਰਿਆਂ ਨੂੰ ਮਾਂਜ ਕੇ, ਜਿਹੜਾ ਆਪਣਾ ਟੋਕਰਾ ਹੋਏਗਾ ਬਰਤਨਾਂ ਵਾਲਾ, ਉਹਨੂੰ ਮੈਂ ਫਿਰ ਬਾਹਰ ਰੱਖ ਕੇ ਆਉਂਗੀ। ਇੰਨੀ ਧੁੱਪ ਆਈ ਨਹੀਂ ਸੀ ਕਿਉਂਕਿ ਹਲੇ 8 ਕੁ ਵਜੇ ਸੀ, ਮੈਂ ਸਵੇਰੇ ਜਲਦੀ ਦੀ ਉੱਠ ਹੋਈ ਸੀ ਸਵੇਰ ਦੀ, ਅਤੇ ਧੁੱਪ ਆਈ ਨਹੀਂ ਸੀ, ਪਰ ਮੈਂ ਫਿਰ ਵੀ ਬਾਹਰ ਰੱਖ ਰਹੀ ਸੀ ਕਿ ਥੋੜ੍ਹੇ ਜਿਹਾ ਪਾਣੀ ਨੂੰ ਚੜ ਜੂਗਾ, ਕਿਉਂਕਿ ਮੋਕਸ਼ੀ ਵੀ ਕੁਛ ਛੇੜਦੀ ਰਹਿੰਦੀ ਹੈ। ਫਿਰ ਥੋੜ੍ਹੀ ਦੇਰ ਬਾਅਦ ਮੈਂ ਚੁੱਕ ਲਈ ਸੀ ਬਰਤਨਾਂ ਨੂੰ, ਅਤੇ ਕਿਉਂਕਿ ਮੋਕਸ਼ੀ ਬਾਹਰ ਚਲੀ ਗਈ ਸੀ, ਫਿਰ ਉਹਨੇ ਸਾਰੇ ਬਰਤਨ ਇਕੱਲੇ ਇਕੱਲੇ ਖਿਲਾਰ ਦੇਣੇ ਸੀ, ਅਤੇ ਫਿਰ ਖੰਘ ਜੀ ਕਿੱਥੋਂ ਆ ਗਈ। ਅਤੇ ਫਿਰ ਮੈਂ ਆਪਣਾ ਕਿਚਨ ਦਾ ਕਰਕੇ ਸਾਰਾ, ਫਿਰ ਮੈਂ ਆਪਣੇ ਬਾਹਰੋਂ ਕਰਿਆ ਝਾੜੂ ਪੋਚਾ, ਚਾਦਰਾਂ ਵਿਛਾ ਕੇ, ਅਤੇ ਨਾਲ ਨਾਲ ਵਿੱਚ ਮੋਕਸ਼ੀ ਨੂੰ ਮੰਮੀ ਨੇ ਸਾਂਭ ਲਿਆ ਸੀਗਾ, ਮੋਕਸ਼ੀ ਨੂੰ ਨੋਜੀ ਹੋਇਆ ਪਿਆ ਅਤੇ ਵਿਚਾਰੀ ਬਹੁਤ ਪਰੇਸ਼ਾਨ ਹੋਈ ਪਈ ਸੀਗੀ, ਅਤੇ ਮੈਂ ਕਿਹਾ ਹੁਣ ਮੈਂ ਤੈਨੂੰ ਦੇਖਾਂ ਜਾਂ ਕੰਮ ਕਰਾਂ, ਕਿਉਂਕਿ ਫਿਰ ਕੰਮ ਵੀ ਜ਼ਰੂਰੀ ਸੀ, ਰੋਟੀ ਮੈਨੂੰ ਦੀ ਜਾਣੀ ਨਹੀਂ ਸੀ, ਸਬਜ਼ੀ ਮੈਂ ਬਣਾਉਣੀ ਨਹੀਂ ਸੀ, ਕਿਉਂਕਿ ਮੈਂ 9:15 ਫ੍ਰੀ ਹੋ ਗਈ ਸੀ ਸਾਰੇ ਕੰਮ ਕਰਕੇ। ਅਸੀਂ ਨਾਸ਼ਤਾ ਕਰ ਲਿਆ ਸੀ, ਮੰਮੀ ਨੇ ਨਾਸ਼ਤਾ ਬਣਾ ਲਿਆ ਸੀਗਾ ਅਤੇ ਅਸੀਂ ਕਰ ਲਿਆ, ਕਿਉਂਕਿ ਮੈਂ ਸਾਰੀ ਸਫਾਈਆਂ ਕਰੀਆਂ। ਫਿਰ ਮੈਂ ਆਪਣਾ ਨਹਾਉਣ ਗਈ, ਨਹਾ ਕੇ ਆਈ ਤਾਂ ਇੰਨੀ ਮੰਮੀ ਕਹਿੰਦੇ ਚਲ ਮੈਂ ਨਾਸ਼ਤਾ ਬਣਾ ਲੈਂਦੀ ਹਾਂ, ਮੈਂ ਕਿਹਾ ਚਲੋ ਤੁਸੀਂ ਨਾਸ਼ਤਾ ਬਣਾ ਲਓ, ਅਤੇ ਮੰਮੀ ਨੇ ਨਾਸ਼ਤਾ ਬਣਾਇਆ ਅਤੇ ਪਾਪਾ ਨੇ ਵੀ ਖਾ ਲਿਆ ਅਤੇ ਨਾਲ ਮੈਂ ਖਾ ਲਿਆ ਅਤੇ ਮੰਮੀ ਨੇ ਵੀ ਖਾ ਲਿਆ। ਮੋਕਸ਼ੀ ਨੇ ਖਾਈ ਨਹੀਂ ਪਰਾਂਠੀ, ਮੋਕਸ਼ੀ ਨੂੰ ਫਿਰ ਮੈਂ ਥੋੜ੍ਹਾ ਬਹੁਤ ਫਰੂਟ ਵਗੈਰਾ ਹੀ ਬਾਅਦ 'ਚ ਦਿੱਤਾ ਸੀ ਖਾਣ ਨੂੰ, ਵੀ ਜਿਵੇਂ ਵਾਟਰਮੈਲਨ ਹੋ ਗਿਆ, ਅਤੇ ਮੈਂ ਉਹਨੂੰ ਮੈਂਗੋ ਵੀ ਸਪੈਸ਼ਲ ਲੈ ਕੇ ਦਿੱਤਾ, ਕਿ ਹਨਾ ਵਿਚਾਰੀ ਬਿਮਾਰ ਹੈ ਬੱਚਾ, ਕੁਛ ਹੋਰ ਤਾਂ ਖਾਇਆ ਨਹੀਂ ਜਾ ਰਿਹਾ, ਉਹਦੇ ਤੋਂ ਦੁੱਧ ਵੀ ਨਹੀਂ ਚਾਤਰਾ ਪੀਆ ਜਾ ਰਿਹਾ, ਅਤੇ ਮੈਂ ਕਿਹਾ ਚੱਲ ਫਿਰ ਤੈਨੂੰ ਫਰੂਟ ਹੀ ਲੈ ਦਿੰਦੀ ਹਾਂ। ਫਿਰ ਉਹਨੂੰ ਫਰੂਟ ਲੈ ਕੇ ਦਿੱਤਾ, ਉਹਨੇ ਉਹ ਹੀ ਖਾਇਆ ਥੋੜ੍ਹਾ ਬਹੁਤ, ਬਸ ਐਵੇਂ ਹੀ ਸਾਰਾ ਦਿਨ ਸਾਡਾ ਵਧੀਆ ਰੋਟੀ ਦੇ ਨਾਲ, ਜਿਵੇਂ ਆਪਣੇ ਆਪਣੇ ਘਰ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ ਕਿਸ ਤਰ੍ਹਾਂ ਟਾਈਮ ਸਪੈਂਡ ਕਰਦੀ ਹਾਂ, ਜਾਂ ਆਪਣੇ ਘਰ ਵਿੱਚ ਮੈਂ ਕੀ ਕਰਦੀ ਹਾਂ ਹਰ ਰੋਜ਼, ਕਿਸ ਤਰ੍ਹਾਂ ਆਪਣੇ ਘਰ ਨੂੰ ਸੰਭਾਲਦੀ ਹਾਂ, ਸਭ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਮੇਰੇ ਕੋਲ ਬਹੁਤ, ਮੈਂ ਤੁਹਾਨੂੰ ਦੱਸਦੀ ਹਾਂ, ਮੇਰੇ ਕੋਲ ਟਾਈਮ ਵੀ ਬਹੁਤ ਘੱਟ ਹੁੰਦਾ, ਕਿਉਂਕਿ ਮੋਕਸ਼ ਦੇ ਨਾਲ ਨਾਲ ਹੈਂਡਲ ਕਰਨਾ ਮੈਨੂੰ ਬਹੁਤ ਔਖਾ ਹੁੰਦਾ, ਅਤੇ ਜਿੱਦਣ ਉਹ ਸਕੂਲ ਚਲ ਜਾਂਦੀ ਹੈ ਉਸ ਦਿਨ ਤਾਂ ਮੈਂ ਆਰਾਮ ਨਾਲ ਸਾਰੀ ਚੀਜ਼ ਨੂੰ ਹੈਂਡਲ ਕਰ ਲੈਂਦੀ ਹਾਂ, ਬਟ
ਜਿੱਦਣ ਉਹ ਘਰ ਹੁੰਦੀ ਹੈ ਉਹਦੀ ਹੋਲੀਡੇ ਹੋਏ ਤਾਂ ਮੈਨੂੰ ਬਹੁਤ ਤੰਗ ਕਰਦੀ ਹੈ, ਔਖਾ ਹੋ ਜਾਂਦਾ ਹੈ ਕਿ ਮੈਂ ਰਿਕਾਰਡ ਵੀ ਕਿਵੇਂ ਕਰਾਂ, ਕਿਉਂਕਿ ਮੇਰੇ ਕੈਮਰੇ ਨੂੰ ਸਟੈਂਡ ਜਿਹੜਾ ਰੱਖਿਆ ਹੋਇਆ ਮੈਂ ਸ਼ੂਟਿੰਗ ਸਟੈਂਡ ਨਾਲ ਕਰਦੀ ਹਾਂ ਅਤੇ ਉਹ ਮੇਰੇ ਸਟੈਂਡ ਨੂੰ ਵੀ ਛੇੜੀ ਜਾਏਗੀ ਅਤੇ ਬਹੁਤ ਤੰਗ ਕਰਦੀ ਹੈ ਮੈਨੂੰ ਤਾਂ। ਅਤੇ ਫਿਰ ਹੁਣ ਮੈਂ ਆਪਣੇ ਸਾਰੇ ਬਰਤਨ ਕਲੀਨ ਕਰਕੇ ਮੈਂ ਕਿਹਾ ਅੱਛੇ ਤਰੀਕੇ ਨਾਲ ਇਹਨੂੰ ਵੀ ਮਾਂਜਦਾ, ਆਪਣਾ ਭਾਂਡੇ ਜਿਹਦੇ ਵਿੱਚ ਆਪਾਂ ਸ਼ਿੰਕ ਦੇ ਵਿੱਚ ਮਾਂਜਦੇ ਹਾਂ ਇਹਨੂੰ ਚੰਗੀ ਤਰ੍ਹਾਂ ਮੈਂ ਕਿਹਾ ਸਾਫ਼ ਕਰਦਾ, ਇਹ ਵਧੀਆ ਕਲੀਨ ਸੋਹਣੀ ਲੱਗਦੀ ਹੈ। ਅਤੇ ਇਹ ਕਰਕੇ ਉਸ ਤੋਂ ਬਾਅਦ ਫਿਰ ਮੈਂ ਬਾਰੀਆਂ ਸਾਫ਼ ਕਰੂੰਗੀ ਆਪਣੀਆਂ, ਜਿਹੜੀਆਂ ਸਾਹਮਣੇ ਬਾਰੀਆਂ ਨਹੀਂ ਹੈਗੀਆਂ ਕਿਚਨ ਵਾਲੀਆਂ, ਅਤੇ ਮੈਂ ਉਹਨੂੰ ਸਾਫ਼ ਕਰੂੰਗੀ ਕਿਉਂਕਿ ਨਾ ਬਹੁਤ ਮਿੱਟੀ ਆਈ ਹੋਈ ਹੈ ਨਾ ਡਸਟ, ਤਾਂ ਫਿਰ ਮੈਂ ਕਿਹਾ ਚਲੋ ਚੰਗੀ ਤਰ੍ਹਾਂ ਫਿਰ ਸਾਫ਼ ਕਰ ਹੀ ਦਿੰਦੀ ਹਾਂ ਕਿ ਸਾਫ਼ ਹੋ ਜਾਏਗਾ। ਚੱਲ ਫਿਰ ਉਹ ਕਰਕੇ ਨਾਲ ਹੀ ਮੇਰਾ ਡੋਰ ਹੈ ਜਾਲੀ ਵਾਲਾ ਦਰਵਾਜ਼ਾ ਸਾਡਾ, ਅਤੇ ਫਿਰ ਉਹਨੂੰ ਸਾਫ਼ ਕਰਿਆ, ਉਹ ਕਰਕੇ ਫਿਰ ਆਪਾਂ ਅੱਜ ਮੈਂ ਸਾਰੀ ਪੂਰੀ ਵਧੀਆ ਕਲੀਨਿੰਗ ਕਰੀ ਆਪਣੇ ਬਾਹਰ ਵਾਲਾ ਦਰਵਾਜ਼ਾ ਜਿਹੜਾ ਉਹਨੂੰ ਵੀ ਚੰਗੀ ਤਰ੍ਹਾਂ ਪਹਿਲਾਂ ਧੋਇਆ, ਫਿਰ ਉਹਦੇ 'ਤੇ ਕੱਪੜਾ ਮਾਰਿਆ। ਮੈਂ ਕਿਹਾ ਜਿੰਨੀ ਡਸਟ ਹੈ ਨਾ ਬਾਹਰੋਂ ਤਾਂ ਪਤਾ ਨਹੀਂ ਯਾਰ ਕੀ, ਇੰਡੀਆ ਦੇ ਵਿੱਚ ਤਾਂ ਬਹੁਤ ਡਸਟ ਹੈ, ਬਾਹਰਲੇ ਦੇਸ਼ਾਂ 'ਚ ਠੀਕ ਹੈ ਕਿ ਡਸਟ ਤਾਂ ਨਹੀਂ ਹੈ ਕਮ ਸੇ ਕਮ, ਅਤੇ ਚਲੋ ਕੋਈ ਗੱਲ ਨਹੀਂ। ਹੁਣ ਮੈਂ ਕਿਹਾ ਚਲ ਫਟਾਫਟ ਆਪਣਾ ਕਿਚਨ ਦਾ ਵੀ ਕਰੀ ਜਾਂਦੀ, ਨਾਲ ਘਰ ਦਾ ਹੋ ਇੰਨਾ ਕੰਮ ਹੋ ਜਾਂਦਾ ਹੈਗਾ, ਬੱਚੇ ਨਾਲ ਬਹੁਤ ਔਖਾ ਹੋ ਜਾਂਦਾ ਹੈਂਡਲ ਕਰਨਾ। ਅਤੇ ਮੇਰੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਕੋਈ ਪਹਿਲੀ ਵਾਰ ਆਇਆ, ਅਤੇ ਇਸ ਤਰੀਕੇ ਨਾਲ ਮੈਂ ਆਪਣਾ ਕੰਮ ਕਰ ਲੈਂਦੀ ਹੁੰਦੀ ਹਾਂ ਅਤੇ ਨਾਲ ਨਾਲ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰ ਲੈਂਦੀ ਹੁੰਦੀ ਹਾਂ। ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗਦੀ ਆ। ਅਤੇ ਹੁਣ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਫਿਰ ਆਪਣਾ ਸਾਰੀ ਸਲੈਬ ਸਾਫ਼ ਕਰੂੰਗੀ, ਇਹਦੇ ਉੱਤੇ ਬਾਸਕਿਟ ਪਈ ਹੋਈ ਸੀ, ਬਾਸਕਿਟ ਨੂੰ ਬਾਹਰੋਂ ਚੰਗੀ ਤਰ੍ਹਾਂ ਮੈਂ ਮਾਂਜ ਕੇ ਲਈ ਪਹਿਲਾਂ ਤਾਂ, ਕਿਉਂਕਿ ਗੰਦੀ ਹੋਈ ਹੋਈ ਸੀਗੀ। ਅਤੇ ਫਿਰ ਜੋ ਵੀ ਮੇਰਾ ਨਿੱਕਾ ਮੋਟਾ ਸਮਾਨ ਹੈ ਸਾਰਾ, ਜੀਰਾ ਜੋ ਵੀ ਕਾਲੀ ਮਿਰਚ ਸਾਬਤ ਸਭ ਮੈਂ ਸਾਈਡ 'ਤੇ ਕਰਕੇ ਇੱਥੇ ਅੱਛੇ ਤਰੀਕੇ ਨਾਲ ਸਲੈਬ ਨੂੰ ਸਾਫ਼ ਕਰੂੰਗੀ, ਕਿਉਂਕਿ ਮੈਂ ਕਲੀਨਿੰਗ ਕਰਕੇ ਤਾਂ ਸਾਰਾ ਜੁਗਾੜ ਚੱਕ ਰਹੀ ਸੀ ਵੀ ਚੱਲ ਕਲੀਨਿੰਗ ਵਧੀਆ ਕਰ ਲੂੰਗੀ। ਅਤੇ ਫਿਰ ਮੈਂ ਜਿਹੜੇ ਉੱਪਰ ਟਾਵਲ ਟੁਵਲ ਪਏ ਸਾਰੇ ਪਰਾਂ ਸਾਈਡ 'ਤੇ ਡੰਗ ਦੂੰਗੀ, ਕਿਉਂਕਿ ਮੈਨੂੰ ਆਰਡਰ ਰਹੇ ਸੀਗੇ ਵਿੱਚ ਕੰਮ ਕਰ ਰਹੇ ਸੀ। ਅਤੇ ਫਿਰ ਮੈਂ ਅੱਛੇ ਤਰੀਕੇ ਨਾਲ ਹੁਣ ਆਪਣਾ ਕੰਮ ਕਰੂੰਗੀ ਸਾਰਾ। ਅਤੇ ਚੈਨਲ ਜ਼ਿਆਦਾ ਗਰੋ ਨਹੀਂ ਕਰ ਪਾਈ ਅਤੇ ਮੈਨੂੰ ਵਿੱਚੋਂ ਹੀ ਸਟੋਪ ਕਰਨਾ ਪਿਆ। ਅਤੇ ਹੁਣ ਮੈਂ ਕਿਹਾ ਚਲੋ ਥੋੜ੍ਹਾ ਬਹੁਤ ਵਲੌਗਸ ਦਿਖਾ ਦਿੰਦੀ, ਕਿਉਂਕਿ ਇਨਵੈਸਟ ਇੰਨਾ ਮੈਂ ਚਾਹੁੰਦੀ ਹਾਂ ਕਿ ਇਨਵੈਸਟ ਨਾ ਕਰਾਂ ਮੈਂ, ਵੀ ਮੈਂ ਪਹਿਲਾਂ ਆਪਣਾ ਜਿਹੜਾ ਰੂਟੀਨ ਹੈ ਜਿਹੜਾ ਜਿਹਦੇ 'ਚ ਮੈਂ ਬਿਨਾਂ ਇਨਵੈਸਟ ਕਰੇ ਤੁਹਾਨੂੰ ਦਿਖਾ ਸਕਾਂ ਕਿ ਮੈਂ ਕੀ ਕਰ ਸਕਦੀ ਹਾਂ, ਹੈ ਨਾ, ਜਾਂ ਤਾਂ ਤੁਸੀਂ ਜਿਸ ਤੋਂ ਤੁਸੀਂ ਖੁਸ਼ ਹੋਵੋ ਤੁਹਾਡੇ ਲਈ ਮੈਂ ਵੀਡੀਓ ਬਣਾਉਣੀ ਹੈ, ਹੈ ਨਾ, ਤੁਹਾਨੂੰ ਮੇਰਾ ਰੂਟੀਨ ਪਸੰਦ ਤਾਂ ਮੈਂ ਰੂਟੀਨ ਦਿਖਾਵਾਂਗੀ। ਮੈਂ ਕੁਕਿੰਗ ਦੀ ਵੈਸੇ ਵੀਡੀਓਜ਼ ਪਹਿਲਾਂ ਪਾਉਂਦੀ ਸੀ, ਬਹੁਤ ਵਧੀਆ ਚੱਲ ਵੀ ਪਈਆਂ ਸੀ, ਲੋਕਾਂ ਨੂੰ ਪਸੰਦ ਵੀ ਆਉਣ ਲੱਗ ਗਈਆਂ ਸੀਗੀਆਂ, ਅਤੇ ਪਰ ਮੈਨੂੰ ਵਿੱਚ ਹੀ ਛੱਡਣਾ ਪਿਆ ਕਿਉਂਕਿ ਕੋਈ ਮਜਬੂਰੀ ਸੀ, ਸਾਰਿਆਂ ਨੂੰ ਪਤਾ ਹੀ ਦੱਸਿਆ ਹੀ ਹੋਇਆ ਕਿ ਨਹੀਂ ਕਰ ਪਾਈ ਕੰਮ, ਕੁਛ ਇਨਵੈਸਟ ਦੀ ਗੱਲ ਹੈ, ਉਹਦੇ 'ਚ ਇਨਵੈਸਟ ਬਹੁਤ ਕਰਨਾ ਪੈਂਦਾ ਸੀਗਾ ਅਤੇ ਮੈਨੂੰ ਤਾਂ ਕਰਕੇ ਛੱਡਣਾ ਪਿਆ। ਫਿਰ ਮੈਂ ਹੁਣ ਚਲੋ ਡੇਲੀ ਵਲੌਗਸ ਹੀ ਠੀਕ ਹੈ ਵੀ ਚਲੋ ਤੁਹਾਨੂੰ ਤੁਸੀਂ ਮੈਨੂੰ ਤਾਂ ਦੇਖ ਰਹੇ ਹੋ ਮੈਂ ਕੀ ਕਰਦੀ ਆਪਣੇ ਘਰ ਦੇ ਵਿੱਚ ਆਪਣੀ ਫੈਮਿਲੀ ਨਾਲ ਕਿਵੇਂ ਰਹਿੰਦੀ ਹਾਂ, ਬਸ ਇਸ ਤਰੀਕੇ ਨਾਲ ਮੈਂ ਆਪਣਾ ਵਧੀਆ ਲਾਈਫ ਅੱਛੀ ਬਿਤਾ ਰਹੀ ਹਾਂ ਆਪਣੀ ਫੈਮਿਲੀ ਦੇ ਵਿੱਚ। ਅਤੇ ਹੁਣ ਆਪਾਂ ਮੋਕਸ਼ ਦੀ ਛੁੱਟੀਆਂ ਹੋਣੀਆਂ ਨੇ 15 ਜੂਨ ਨੂੰ, ਮੈਮ ਨੇ ਮੈਨੂੰ ਕਿਹਾ ਸੀ ਕਿ ਮੋਕਸ਼ੀ ਛੁੱਟੀਆਂ ਆਪਾਂ ਕਰਾਂਗੇ 15 ਜੂਨ ਨੂੰ, ਅਤੇ ਉਸ ਤੋਂ ਬਾਅਦ ਅਤੇ 15 ਜੂਨ ਤੋਂ ਬਾਅਦ ਮੈਂ ਜਾਵਾਂਗੀ ਆਪਣੀ ਮੰਮੀ ਘਰ, ਅਤੇ ਤੁਹਾਨੂੰ ਉੱਥੇ ਵੀ ਮੇਰੇ ਨਵੇਂ ਨਵੇਂ ਵਲੌਗ ਦੇਖਣ ਨੂੰ ਮਿਲਣਗੇ, ਮੇਰੀ ਦਾਦੀ ਦੀ ਦੁਕਾਨ ਹੈ, ਸਭ ਕੁਛ ਮੈਂ ਵਧੀਆ ਤਰੀਕੇ ਨਾਲ ਤੁਹਾਨੂੰ ਦਿਖਾਊਂਗੀ। ਅਤੇ ਜਿੱਥੇ ਜਿੱਥੇ ਜਾਊਂਗੀ ਜਿਵੇਂ ਜਿਵੇਂ, ਬਾਕੀ ਗਰਮੀ ਤਾਂ ਬਹੁਤ ਉੱਥੇ ਵੀ, ਹੁਣ ਗਰਮੀ ਇੰਨੀ ਹੋਈ ਪਈ ਹੈ ਨਾ, ਗਰਮੀ ਉੱਥੇ ਵੀ ਬਹੁਤ ਹੈ ਅਤੇ ਇੱਥੇ ਵੀ ਹੈ,
ਤੇ ਫਿਰ ਦੇਖੋ ਹੁਣ ਗਰਮੀ ਦੇ ਵਿੱਚ ਕਿਸ ਤਰੀਕੇ ਨਾਲ ਸ਼ੂਟਿੰਗ ਕਰਦੀ ਹਾਂ। ਬਾਕੀ ਤੁਹਾਨੂੰ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਜਦੋਂ ਵੀ ਜਾਊਂਗੀ ਮੈਂ ਆਪਣੀ ਮੰਮੀ ਘਰ। ਵੈਸੇ ਮੇਰਾ ਦਿਲ ਤਾਂ ਬਹੁਤ ਕਰਦਾ ਜਾਣ ਨੂੰ, ਕਿਉਂਕਿ ਨਾ ਹੁਣ ਮੈਂ ਵਿਆਹ ਦੇ ਗਈ ਸੀ, ਚੰਗੀ ਤਰ੍ਹਾਂ ਰਹਿ ਕੇ ਨਹੀਂ ਆਈ ਹੈਗੀ। ਜਿਵੇਂ ਹੁੰਦਾ ਨਾ ਇੱਕ ਅੱਛੇ ਤਰੀਕੇ ਨਾਲ ਰਹਿ ਕੇ ਆਉਣਾ, ਵਿਆਹ 'ਚ ਹੀ ਲੰਘ ਗਏ ਦਿਨ ਤਿੰਨ ਚਾਰ ਪਤਾ ਹੀ ਨਹੀਂ ਲੱਗਿਆ, ਅਤੇ ਫਿਰ ਮੈਨੂੰ ਆਉਣਾ ਪਿਆ ਵਿੱਚ 'ਚ, ਅਤੇ ਉਦੋਂ ਮੈਂ ਰਹਿ ਨਹੀਂ ਸਕਦੀ ਸੀ। ਇੱਕ ਤਾਂ ਮੋਕਸ਼ੀ ਸਕੂਲ ਜਾਂਦੀ ਹੈ ਡੇਲੀ, ਫਿਰ ਐਵੇਂ ਮੋਕਸ਼ੀ ਛੁੱਟੀਆਂ ਵੀ ਨਹੀਂ ਆਪਾਂ ਜ਼ਿਆਦਾ ਮਰਵਾ ਸਕਦੇ ਹਾਂ ਨਾ। ਹੇ ਐਵਰੀਵਨ, ਇਹ ਮੈਂ ਨਹਾ ਲਈ, ਬਸ ਇਹ ਹੈ ਕਿ ਮੈਂ ਥੋੜ੍ਹਾ ਜਿਹਾ ਮੇਕਅਪ ਮੀਨਸ ਕਿ ਹੇ ਐਵਰੀਵਨ, ਮੈਂ ਨਹਾ ਕੇ ਆ ਗਈ ਅਤੇ ਮੋਕਸ਼ੀ ਖੇਲ ਰਹੀ ਹੈ ਆਪਣਾ ਖਿਲੌਣਿਆਂ ਨਾਲ ਹੀ। ਇਹ ਦੇਖੋ ਆਪਣੀ ਆਵਾਜ਼ ਕਿ ਅਸੀਂ ਆਪਣੇ ਦਾਦੀ ਦੇ ਰੂਮ 'ਚ ਬੈਠੇ ਹਾਂ। ਇਹ ਸੁਬਹਾ ਉੱਠ ਕੇ ਅੱਜ ਮੈਂ ਉੱਠ ਗਈ ਸੀ 6:30 ਅਤੇ ਮੋਕਸ਼ੀ ਉੱਠ ਗਈ ਸੀ ਮੇਰੇ ਨਾਲ ਹੀ। ਅਤੇ ਮੈਂ ਅੱਜ ਰਾਤੀ ਸੋਚ ਕੇ ਹੀ ਸੋਈ ਸੀ ਕਿ ਮੈਂ ਸੁਬਹਾ ਥੋੜ੍ਹਾ ਜਲਦੀ ਉੱਠੂੰਗੀ, ਕਿਉਂਕਿ ਸਾਰਾ ਦਿਨ ਫਿਰ ਕੰਮ ਨਹੀਂ ਨਿਬੜਦਾ ਹੈਗਾ, ਫਿਰ ਕੰਮ 'ਚ ਲੱਗੇ ਰਹੀਦਾ, ਫਿਰ ਇਹ ਵੀ ਪਰੇਸ਼ਾਨ ਕਰਦੀ ਹੈ। ਅਤੇ ਫ੍ਰੀ ਹਾਂ, ਕੰਮ ਸਾਰਾ ਹੋ ਗਿਆ ਆਲਮੋਸਟ, ਝਾੜੂ ਪੋਚਾ, ਕਿਚਨ ਦਾ, ਨਾਸ਼ਤਾ ਅਸੀਂ ਸਭ ਨੇ ਕਰ ਲਿਆ। ਅਤੇ ਅੱਜ ਮੈਨੂੰ ਰੋਟੀ ਜਾਣੀ ਨੂੰ ਦੁਕਾਨ 'ਤੇ, ਕਿਉਂਕਿ ਸੰਡੇ ਸੰਡੇ ਨੂੰ ਸੰਡੇ ਮਾਰਕੀਟ ਲੱਗਦੀ ਹੈ ਇੱਥੇ ਪਟਿਆਲੇ 'ਚ। ਅਤੇ ਹੁਣ ਸੰਡੇ ਮਾਰਕੀਟ ਸੂਬੇ ਸੂਬੇ ਚੱਲ ਗਏ ਸੀਗੇ, ਕਿਉਂਕਿ ਦੁਕਾਨ ਲਗਾਉਣੀ ਹੁੰਦੀ ਹੈ ਜਾ ਕੇ। ਅਤੇ ਹੁਣ ਫਿਲਹਾਲ ਆਪਾਂ ਫ੍ਰੀ ਹਾਂ, ਟਾਈਮਿੰਗ 9:30 ਹੋ ਗਈ, ਸਾਰਾ ਕੰਮ ਮੇਰਾ 9 ਵਜੇ ਤੱਕ ਕੰਪਲੀਟ ਸੀ, ਮੈਂ ਨਹਾ ਵੀ ਲਈ ਸੀ। ਦੇਖ ਲਓ ਸਵੇਰੇ ਉੱਠਣ ਨਾਲ ਕਿੰਨੇ ਕੰਮ ਜਲਦੀ ਹੁੰਦੇ ਆ ਨਾ, ਬਸ ਮੈਂ ਇਹਦੇ ਕਰਕੇ ਕਈ ਵਾਰ ਲੇਟ ਹੋ ਜਾਂਦੀ ਹਾਂ, ਨਹੀਂ ਤਾਂ ਚਲੋ ਅੱਜ ਸਕੂਲ ਵੀ ਨਹੀਂ ਗਈ, ਇਹਦੀ ਛੁੱਟੀ ਵੀ ਹੈ। ਅਤੇ ਹੁਣ ਫਿਲਹਾਲ ਇਹ ਖੇਲ ਰਹੀ ਹੈ, ਅੱਜ ਮੈਂ ਪਾਇਆ ਕਪਤਾਨ, ਜਿਸ ਤੋਂ ਕਹਿੰਦੇ ਹੈ ਕਪਤਾਨ, ਪਿੱਛੇ ਕੀ ਰੱਖਿਆ ਇਹਨੇ, ਇਹ ਰੱਖਿਆ ਮਾਸ ਬੂਟ, ਬੂਟ ਬਣ ਇਹ ਦੇਖੋ ਮੈਂ ਬੂਟ। ਅਤੇ ਹੁਣ ਆਪਾਂ ਫ੍ਰੀ ਹਾਂ ਫਿਲਹਾਲ, ਅਤੇ ਇਹ ਲੈ ਤੇਰਾ ਬੂਟ ਆ ਗਈ, ਬੂਟ ਲੈਣ ਆਪਣਾ ਮੋਕਸ਼ੀ ਨਾਲ ਖੇਲ ਰਹੇ ਹਾਂ, ਇਹਦੇ ਨਾਲ ਟਾਈਮ ਸਪੈਂਡ ਕਰ ਰਹੇ ਹਾਂ। ਥੋੜ੍ਹਾ ਜਿਹਾ ਜ਼ੁਕਾਮ ਹੋਇਆ ਪਿਆ, ਬਹੁਤ ਜ਼ਿਆਦਾ ਹੋਇਆ ਪਿਆ, ਅਤੇ ਉਹਦੇ ਕਰਕੇ ਥੋੜ੍ਹੀ ਜਿਹੀ ਪਰੇਸ਼ਾਨ ਹੋ ਰਹੀ ਹੈ ਵਿਚਾਰੀ। ਚਲੋ ਕੋਈ ਨਹੀਂ, ਹੁਣ ਬਸ ਬਸ ਮੈਂ ਵੀ ਥੋੜ੍ਹੀ ਜਿਹੀ ਮਿਰਚ ਵਗੈਰਾ ਲਗਾਉਣੀ ਹੈ, ਫਿਰ ਆਪਾਂ ਪੂਰੇ ਰੈਡੀ ਹੋ ਜਾਵਾਂਗੇ। ਅਤੇ ਵੈਸੇ ਮੈਂ ਕਿਵੇਂ ਲੱਗ ਰਹੀ ਹਾਂ, ਅੱਜ ਮੇਰੇ ਮੰਮੀ ਨੇ ਮੋਕਸ਼ੀ ਦੇ ਪਾਪਾ ਨੇ ਮੈਨੂੰ ਕਹਿ ਰਹੇ ਸੀ ਸੋਹਣ ਲੱਗ ਰਹੀ ਹੈ, ਰੰਗ ਵੀ ਬੁਰਾ ਲੱਗ ਰਿਹਾ, ਅੱਖਾਂ ਵੀ ਬਹੁਤ ਸੋਹਣ ਲੱਗ ਰਹੀਆਂ ਨੇ। ਹਾਂਜੀ, ਕਿਆ ਤੇਰਾ ਨਾਮ ਲੈ ਕੇ ਆਦੂ ਮੈਂ ਗਰਦਨ ਕੀ
ਇਧਰ ਆਉਂ ਮੈਂ ਬਸ ਜੀ ਸਾਫ ਕਰਾ ਦੇ ਉਹਦੀ ਆਪਾਂ ਨਹੀਂ ਨਹੀਂ ਆ ਤੂੰ ਨਾ ਇੱਕ ਨੂੰ ਉਹ ਸਾਫ ਐਸੇ ਕਰਾ ਦੇ ਤੂੰ ਤੇਰਾ ਪੈਨ ਵੀ ਠੀਕ ਆ ਹਾਂਜੀ ਗਾਈਸ, ਮੈਂ ਲਿਪਸਟਿਕ ਲਗਾ ਕੇ ਆਈ ਹਾਂ। ਮੋਕ ਜੀ ਕੀ ਰੋਜ਼ ਆਪਣੇ ਕੋਲ ਰਹਿਣਾ, ਮੈਂ ਕਿਹਾ ਚੱਲ ਮੈਂ ਫਟਾਫਟ ਲਿਪਸਟਿਕ ਲਗਾ ਵਾਂ। ਸੋ ਦੇਖੋ ਬੈਠ ਹੀ ਜਾਂਦੇ ਆਪਾਂ, ਜ਼ਰੂਰੀ ਆਪਾਂ ਤਿਆਰ ਹੋ ਗਏ। ਅਤੇ ਦੱਸਣਾ ਸੀ ਕਿ ਕੀ ਕਹਿੰਦੇ ਆ, ਕੀ ਦੱਸਣਾ ਸੀ, ਕੈਸੀ ਲੱਗ ਰਹੀ ਹੂੰ, ਲਾਈਟਿੰਗ ਵੀ ਜ਼ਿਆਦਾ ਹੀ ਆਈ ਹੋਈ ਹੈ। ਸੁਬਹਾ ਸੁਬਹਾ ਉੱਠੀ ਅਤੇ ਸਭ ਤੋਂ ਪਹਿਲਾਂ ਮੈਂ ਆਪਣੇ ਅੱਜ ਕਿਚਨ ਨੂੰ ਸੈੱਟ ਕਰਿਆ, ਕਿਚਨ ਦੀ ਡਸਟਿੰਗ ਡਸਟਿੰਗ ਪੂਰੀ ਅੱਛੇ ਤਰੀਕੇ ਨਾਲ ਕਲੀਨਿੰਗ ਕਰਕੇ, ਫਿਰ ਮੈਂ ਸਾਰੇ ਘਰ 'ਚ ਝਾੜੂ ਲਾਇਆ, ਸਾਰਾ ਚੱਦਰ ਚੁਦਰਾਂ ਵਛਾਈਆਂ, ਫਿਰ ਬਾਹਰੋਂ ਸਾਰਾ ਸਾਫ ਕਰਿਆ, ਫਿਰ ਮੈਂ ਆਪਣਾ ਸਕੂਟਰ, ਸਾਡੀ ਸਕੂਟੀ ਜਿੱਥੇ ਅਸੀਂ ਡੇਲੀ ਆਉਂਦੇ ਜਾਂਦੇ ਹਾਂ, ਅਤੇ ਬਸ ਸਾਰਾ ਕੁਛ ਵਧੀਆ ਕੰਮ ਕਰਕੇ, ਅਤੇ ਆਪਾਂ ਫਿਰ ਨਹਾ ਕੇ ਨਾਸ਼ਤਾ ਕਰ ਲਿਆ, ਨਾਸ਼ਤਾ ਮੰਮੀ ਨੇ ਬਣਾ ਲਿਆ ਸੀ ਅਤੇ ਆਪਾਂ ਫਿਰ ਨਾਸ਼ਤਾ ਕਰ ਲਿਆ। ਹੁਣ ਫਿਲਹਾਲ ਫਰੀ ਹਾਂ, ਮੁਕਸ਼ੀ ਨਾਲ ਤਾਂ ਹੁੰਦਾ ਵੀ ਜਿੰਨਾ ਜਲਦੀ ਫਰੀ ਹੋ ਜਾਈਏ ਤਾਂ ਠੀਕ ਆ। ਹੁਣ ਪਰਾਂਠੇ ਨੇ ਖਾਈ ਨਹੀਂ, ਪਤਾ ਨਹੀਂ ਦਿਲ ਨਹੀਂ ਕਰ ਰਿਹਾ, ਜ਼ਿਆਦਾ ਕੁਛ ਨਹੀਂ ਖਾਇਆ ਨਹੀਂ। ਸੁਬਹ ਮੈਂ ਚਾਹ ਬਣਾਈ ਸੀ ਚਾਹ ਵਾਲੀ, ਇਹਨੇ ਬਿਸਕੁਟ ਖਾ ਲਿਆ ਸੀਗਾ ਮੁਕਸ਼ੀ ਨੇ, ਪਤਾ ਨਹੀਂ ਇਹਨੂੰ ਵਿਚਾਰੀ ਨੂੰ ਰਾਤੀ ਥੋੜ੍ਹਾ ਜਿਹਾ ਤੰਗ ਕਰ ਰਹੀ ਸੀ। ਮੈਂ ਤਾਂ ਫਿਰ ਉਹ ਮੰਗਾਈਆਂ ਸੀ ਮੈਨੂੰ ਡਰੋਪ ਨੱਕ ਚ ਪਾਉਣ ਵਾਲੀ, ਜਿਹੜੀ ਨੁਕਸਾਨਦਾਰ ਹੈ ਹੈ ਨਾ, ਅਤੇ ਫਿਰ ਮੈਂ ਰਾਤ ਨੂੰ ਦੋ ਤਿੰਨ ਵਾਰ ਉੱਠ ਕੇ ਪਾਈ, ਕਮ ਸੇ ਕਮ ਨੱਕ 'ਚੋਂ ਸਾਰਾ ਇਹਦਾ ਪੱਕਿਆ ਪਿਆ, ਮੋਕਸ਼ੀ ਦਾ ਸਾਰੇ ਪੱਕਿਆ ਪਿਆ ਜ਼ੁਕਾਮ ਨਾਲ, ਕਿਉਂਕਿ ਆਪਾਂ ਬਾਰਾਂ ਪੂੰਜਦੇ ਹਾਂ ਨਾ, ਤਾਂ ਉਹਦੇ ਕਰਕੇ ਉਹਨੂੰ ਜ਼ਿਆਦਾ ਹੀ ਹੋਇਆ ਪਿਆ ਨਾ। ਇਹ ਜ਼ਿਆਦਾਤਰ ਕੋਈ ਦਵਾਈ ਲੈਂਦੀ ਹੈ, ਮੈਨੂੰ ਕੋਈ ਦਵਾਈ ਦੇ ਦੀਏ ਬਸ। ਮੈਨੂੰ ਨੂੰ ਮੈਂ ਚੱਪਲ ਵੀ ਦਿੱਤੀ ਹੋਈ ਹੈ ਵੀ ਵਾਪਸ ਕਰ ਦਿਉ, ਜ਼ਰੂਰੀ ਹੋ ਚੁੱਕਿਆ, ਟਾਈਮ ਨਹੀਂ ਲੱਗ ਰਿਹਾ ਹੈਗਾ, 15 ਦਿਨ ਦਾ ਟਾਈਮ ਹੀ ਹੁੰਦਾ, ਇਸ ਤੋਂ ਜ਼ਿਆਦਾ ਤਾਂ ਫਿਰ ਰਿਟਰਨ ਵੀ ਨਹੀਂ ਨਾ ਹੁੰਦੀ ਚੀਜ਼, ਨਾ ਹੀ ਕਿਤੇ ਘੁੰਮਣ ਜਾ ਰਹੇ, ਘਰ ਬੈਠੇ ਹਾਂ ਸਾਰੇ, ਘਰ ਹੀ ਦਿਖਾਈ ਜਾਂਦੀ ਹਾਂ ਤੁਹਾਨੂੰ ਵੀ, ਜੇ ਜਾਊਂਗੀ ਕਿਤੇ ਤਾਂ ਹੀ ਦਿਖਾਊਂਗੀ ਨਾ। ਬਸ ਕੱਲ੍ਹ ਮੈਂ ਗੁਰਦੁਆਰੇ ਗਈ ਸੀ, ਉਹ ਵੀ ਨਾਲ ਗੁਆਂਢੀਆਂ ਦੇ ਨਾ ਵੱਡੇ ਸੀ, ਕਿਸੇ ਤਾਂ ਉਹਨਾਂ ਨੇ ਪਾਠ ਕਰਾਇਆ ਸੀਗਾ ਤਾਂ ਕਰਕੇ ਫਿਰ ਉੱਥੇ ਗਈ ਸੀ। ਬਸ ਹੁਣ ਆਪਣੀ ਗੱਲਾਂ ਲੱਗੀ ਹੋਈ ਹੈ ਬਸ ਮਾਰਨ, ਅਤੇ ਨਿੱਕੀ ਨਿੱਕੀ ਜਿਹੀ ਗੱਲਾਂ ਨਹੀਂ ਮੋਕਸ਼ੀ ਦੀਆਂ ਮਾਰ ਲੱਗੀ, ਜਾਂ ਦੇਖੋ ਬੈਠੀ ਇੱਧਰ, ਮੈਨੂੰ ਕਹੀ ਕਦੋਂ ਤਾਂ ਇਹ ਸ਼ੌਂਕ ਨਾਲ ਬੋਲਦੀ ਰਹਿੰਦੀ ਹੈ ਕੈਮਰੇ ਅੱਗੇ, ਠੀਕ ਹੈ, ਅਤੇ ਕਈ ਵਾਰ ਕਹੇਗੀ ਭਰਾ ਦੋ ਮੈਂ ਨਹੀਂ ਗੱਲ ਕਰਨੀ, ਪਤਾ ਨਹੀਂ ਇਹਨੂੰ ਕੀ ਹੋ ਜਾਂਦਾ ਕਈ ਵਾਰ,
ਵੈਸੇ ਬਹੁਤ ਸੋਹਣੀਆਂ ਗੱਲਾਂ ਮਾਰਦੀ ਨਿੱਕੀ ਨਿੱਕੀਆਂ ਜੀਆਂ, ਸੋਹਣੀਆਂ ਲੱਗਦੀਆਂ, ਚੰਗੀਆਂ ਵੀ ਲੱਗਦੀਆਂ ਨੇ। ਇਹਦੇ ਬਿਨਾਂ ਇਹ ਨਾ ਹੋਵੇ ਨਾ ਘਰ ਤਾਂ ਬੋਰ ਵੀ ਹੋ ਜਾਈਦਾ, ਜੇ ਹੁੰਦੀ ਹੈ ਤਾਂ ਵੀ ਆ ਜਾਂਦਾ ਵੀ। ਹਾਂਜੀ ਬੇਟਾ, ਓਹੋ ਬਹੁਤ ਜ਼ਿਆਦਾ ਨੋਜੀ ਆ ਗਿਆ, ਹੈਂਕੀ ਕਹਾਂ ਗਿਆ, ਅਭੀ ਤਾਂ ਲਾਈ ਤੀ ਯੇ ਰਾ ਲਿਓ। ਤੁਸੀਂ ਦੇਖਦੇ ਰਹਿ ਕਰੋ ਮੇਰੀ ਵੀਡੀਓ ਨੂੰ ਅਤੇ ਮੈਨੂੰ ਸਪੋਰਟ ਕਰੋ, ਬਹੁਤ ਜ਼ਿਆਦਾ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ। ਤੁਹਾਡੇ ਬਿਨਾਂ ਤਾਂ ਮੈਂ ਕੁਝ ਨਹੀਂ ਹਾਂ, ਜੇ ਤੁਸੀਂ ਮੈਨੂੰ ਦੇਖ ਰਹੇ ਹੋ ਹਜੇ ਤੱਕ ਤਾਂ ਹੀ ਇੱਥੇ ਤੱਕ ਹਾਂ। ਅਤੇ ਬਾਕੀ ਥੈਂਕ ਯੂ ਸੋ ਮੱਚ ਮੇਰੀ ਵੀਡੀਓ ਨੂੰ ਇੰਨਾ ਦੇਖ ਰਹੇ ਹੋ ਅਤੇ